इना बजुर्ग अखां नूं अज वी उड़ीक है उन्हां अपणियां दी जिन्हां नूं कदे बड़े चावां नाल पाल लिया सी। उंगली फड़ा के तुरना सिखाया सी पर हुण इह उड़ीक लम्मी हुंदी जांदी है क्योंकि अपणियां दे ही दुत्कारे इह बजुर्ग इस बिरद आश्रम विच रहण नूं मजबूर ने। तस्वीरां जिला मोगा दे बिरद आश्रम दीआं ने जिथे इन्हां बजुर्गां दी बहुत सुचज्जे ढंग नाल सेवा कीती जांदी है पर हर चेहरे दी अपनी एक वक्री ही कहानी है। किसी नूं इत्थे रूड़ी तो चुक के लिआंदा गया ते किसी नूं सड़क तो। किसी नूं तां हुणे याद ही नहीं कि उह कित्थों दा रहण वाला है। कोई बेसुध पिया अज वी अपने बच्चियां नूं वाजा मारी जांदा है। दिवाली मौके जदों इन्हां बजुर्गां नाल पीटीसी न्यूज़ वल्लों गल कीती गई तां इन्हां दीआं अक्खां अपने आप नूं याद करके छलक गईआं। हो गए 7-8 महीने हो गए इत्थे। हुण दिवाली अपने आया मुंडा बणिआ ਇਹਨਾਂ ਨਾਲ ਹੀ ਮਨਾਵਾਂਗੇ। ਉਂਝ ਵੇਖੋ ਤੇ ਸਾਡੀ ਕੀ ਦੀਵਾਲੀ ਨਾ। ਮੈਨੂੰ ਲੜਕੇ ਦੀ ਸ਼ਕਲ ਦੇਖੀ ਇੱਥੇ ਮੋਗੇ ਦੇ ਵਿੱਚ ਤੁਰਿਆ ਫਿਰਦਾ ਕਿਤੇ ਮਾਸੀਆਂ ਕੋਲ ਕਿਤੇ ਕਿਸੇ ਅਤੇ ਮੇਰੇ ਕੋਲ ਹਾਲ ਤੱਕ। ਮੈਂ ਫਿਰ ਵੀ ਹਰ ਰੋਜ਼ ਇਸ ਬਨੇਰੇ 'ਤੇ ਖੜ ਖੜ ਕੇ ਦੇਖਦਾ ਕਿ ਮੇਰਾ ਲੜਕਾ ਜਾਂ ਲੜਕੀ ਮੈਨੂੰ ਕੋਈ ਨਾ ਕੋਈ ਆ ਕੇ ਮਿਲ ਕੇ ਜਾਵੇ ਮੈਨੂੰ। ਪਰ ਕੋਈ ਨਹੀਂ, ਮੈਨੂੰ ਮਿਲਣ ਵਾਲਾ ਸਹਾਰਾ ਹੈ ਨਹੀਂ ਕੋਈ। ਅਸੀਂ ਵੀ ਪਰ ਅਸੀਂ ਮੈਂ ਕੀ ਕਰਾਂ, ਮਜਬੂਰ ਹਾਂ ਜੇ ਮੈਂ ਕਿੱਥੇ 15-20 ਹਜ਼ਾਰ ਰੁਪਈਆ ਮਹੀਨਾ ਤਨਖਾਹ ਲੈਂਦਾ ਸੀ ਕਿੱਥੇ। ਅੱਜ ਮੈਂ ਉਹਨਾਂ 'ਚ ਤਿਉਹਾਰਾਂ ਦੀ ਵਜ੍ਹਾ ਨਾਲ ਜਾਂ ਕੋਈ ਦਿਨ ਕੋਈ ਹੋਵੇ ਬਿਲਕੁਲ ਖਾਲੀ ਬੈਠ ਗਿਆ ਆ ਕੇ ਮੈਂ ਬਿਲਕੁਲ। ਇਸ ਬਿਰਧ ਆਸ਼ਰਮ ਦੇ ਸੰਚਾਲਕ ਜਸਬੀਰ ਸਿੰਘ ਨੇ ਜੋ ਕਿ ਪੰਜਾਬ ਪੁਲਿਸ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਇਹਨਾਂ ਬਜ਼ੁਰਗਾਂ ਦੀ ਹੋ ਰਹੀ ਬੇਕਦਰੀ ਅਤੇ ਅਫਸੋਸ ਜ਼ਾਹਰ ਕਰਦਿਆਂ ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਜਿਹਨਾਂ ਮਾਪਿਆਂ ਕਾਰਨ ਉਹਨਾਂ ਦੀ ਹੋਂਦ ਹੈ ਉਹਨਾਂ ਦੀ ਕਦਰ ਕੀਤੀ ਜਾਵੇ ਅਤੇ ਉਮਰ ਦੇ ਆਖਰੀ ਪੜਾਅ 'ਤੇ ਮਾਪਿਆਂ ਨੂੰ ਇਸ ਤਰ੍ਹਾਂ ਦਰ ਦਰ ਦੀਆਂ ਠੋਕਰਾਂ ਖਾਣ ਲਈ ਨਾ ਛੱਡਿਆ ਜਾਵੇ। ਸਾਡੇ ਬਜ਼ੁਰਗਾਂ ਨੇ, ਸਾਡੇ ਮਾਂ ਪਿਓ ਨੇ ਸਾਨੂੰ ਜਨਮ ਦੇ ਕੇ ਪਾਲ ਪਰੋਸੇ ਵੱਡੇ ਕਰਕੇ ਇੱਥੋਂ ਤੱਕ ਪਹੁੰਚਾਇਆ ਹੁੰਦਾ, ਉਹਨਾਂ ਨੂੰ ਨੌਕਰੀਆਂ ਦਵਾਈਆਂ ਹੁੰਦੀਆਂ, ਉਹਨਾਂ ਨੂੰ ਬਿਜ਼ਨਸ ਚਲਾ ਕੇ ਦਿੱਤੇ ਹੁੰਦੇ ਆ ਅਤੇ ਉਸ ਤੋਂ ਬਾਅਦ ਸਾਡਾ ਸਮਾਂ ਆਉਂਦਾ ਹੈਗਾ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨ ਲਈ ਅਤੇ ਉਦੋਂ ਅਸੀਂ ਆਪਣੇ ਮਾਂ ਪਿਓ ਨੂੰ ਧੱਕੇ ਦੇ ਕੇ ਘਰੋਂ ਬਾਹਰ ਕੱਢ ਦਿੰਦੇ ਹਾਂ। ਇਹ ਬਹੁਤ ਅਫਸੋਸ ਦੀ ਗੱਲ ਆ। ਭਾਵੇਂ ਅਸੀਂ ਜਿੰਨੇ ਮਰਜ਼ੀ ਗੁਰਦੁਆਰੇ ਮੰਦਰ ਮਸਜਿਦਾਂ ਵਿੱਚ ਜਾ ਕੇ ਮੱਥੇ ਟੇਕ ਲਈਏ, ਜੇਕਰ ਅਸੀਂ ਆਪਣੇ ਘਰ ਆਪਣੇ ਮਾਂ ਪਿਓ ਦੀ ਸੇਵਾ ਸੰਭਾਲ ਨਹੀਂ ਨਾ ਕਰ ਸਕਦੇ ਗੇ ਤਾਂ ਸਾਨੂੰ ਕੋਈ ਫਲ ਨਹੀਂ ਮਿਲਣਾ ਹੈਗਾ। ਆਪਣੀ ਜ਼ਿੰਦਗੀ ਜਿਹੜੀ ਬਤੀਤ ਕਰਨੀ ਚਾਹੀਦੀ ਹੈ ਅਤੇ ਮਾਂ ਪਿਓ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਜੇਕਰ ਅਸੀਂ ਮਾਂ ਪਿਓ ਦੀ ਸੇਵਾ ਸੰਭਾਲ ਕਰ ਲਈ ਤਾਂ ਅਸੀਂ ਇੱਕ ਤਰ੍ਹਾਂ ਦਾ ਰੱਬ ਪਾਲਿਆ। ਮਾਂ ਅਤੇ ਬਾਪ ਪੁੱਤਰ ਨੂੰ ਪਾਲਣ ਲਈ ਵੱਡੇ ਪੱਧਰ 'ਤੇ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਨੇ, ਨੌਕਰੀਆਂ 'ਤੇ ਲਵਾਉਂਦੇ ਨੇ ਅਤੇ ਆਖਰ ਨੂੰ ਪੁੱਤ ਦਾ ਵੀ ਫਰਜ਼ ਬਣਦਾ ਕਿ ਉਹ ਆਪਣੇ ਬੁੱਢੇ ਮਾਂ ਬਾਪ ਨੂੰ ਸੰਭਾਲੇ। ਕੈਮਰਾਮੈਨ ਨਸਾਰ ਦੇ ਨਾਲ ਸਰਜੀਤ ਸਿੰਘ ਰੌਲੀ, PTC ਨਿਊਜ਼, ਮੋਗਾ।